इस वीडियो को अपने दिल के फेफड़ों पे मत लेना। ज्यादा तबीयत खराब हो तो किसी अच्छे डॉक्टर के पास जाकर अपना इलाज करवा लेना। हाँ जी, की हाल चाल? आई होप सारे वधिया ते ठीक ठाक होगे। ते गल करदे आ जी अज ब्रेकअप वाले भाजी दी, ईशान पग्गा भाजी दी। मैं कहना सुनिया ब्रेकअप हो गया, अनरूला फैमिली वाले ने सारिया ने अन्न फॉलो मारिया, जिदा पंजाब पुलिस पड़े नहीं मारती, इदा मिंटो मिंटी सारे ने अन्न फॉलो करता वीर नूं। ते वीर जी हुण रिप्लाई करदे पए ने, ला ला के गल्लां करदे ने फिर एक दूजे नूं। पहला वीर जी ने उन्हां नूं की किया, आज देखदे आ वीडियो। ਜਦੋਂ ਲੰਡੂ ਕੀਤੇ ਗਰੁੱਪ ਚੋਂ ਬਾਹਰ ਤੇ ਗਾਡਰਾ ਵਰਗੇ ਹੋਣ ਯਾਰ ਨਾਲ ਤੇ ਫਿਰ ਮਿੱਤਰਾ ਮਾਣਦੇ ਹੋਈ ਜਾਂਦਾ। ਹਾਂ ਸੁਣ ਸਕਦੇ ਹੋ, ਲੰਡੂ ਕੀਤੇ ਆ ਗਰੁੱਪ ਚੋਂ ਬਾਹਰ, ਹੁਣ ਗਾਡਰਾ ਵਰਗੇ ਰੱਖੇ ਨੇ ਯਾਰ। ਬਸ ਇਹ ਆ ਕਿ ਹੁਣ ਨਰੂਲਾ ਫੈਮਿਲੀ ਨੂੰ ਅਸੀਂ ਬਾਹਰ ਕਰਤਾ ਤੇ ਹੁਣ ਯਾਰਾਂ ਨਾਲ ਰਹਿ ਰਹੇ ਨੇ ਆਪਣੇ ਬੱਗਾ ਭਾਜੀ। ਤੇ ਬੱਗਾ ਭਾਈ ਨੇ ਇੱਕ ਨਾ ਵੀਡੀਓ ਵਿੱਚ ਵੀ ਇੱਕ ਕਿਹਾ ਸੀਗਾ, ਬੜੇ ਆ ਜਿਹੜੇ ਪੇਜਾਂ ਵਾਲੇ, ਜਿਹੜੇ ਲੰਡੂ ਜੇ ਮੈਸੇਜ, ਜਿਹੜੇ ਲੰਡੂ ਜੇ ਪੇਜ ਯੂਟਿਊਬ ਤੇ ਆ, ਇੰਸਟਾਗ੍ਰਾਮ ਤੇ ਪੇਜ ਆ, ਤੇ ਬੜਾ ਤੁਹਾਨੂੰ ਇੰਟਰਸਟ ਆ ਸਾਡੀ ਜ਼ਿੰਦਗੀ ਦੇ ਵਿੱਚ, ਤੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਪੈਰ ਪਾਓ। ਸਾਡੀ ਜ਼ਿੰਦਗੀ ਹੈਗੀ ਆ ਫਗਵਾੜੇ ਦੇ ਵਿੱਚ, ਤੇ ਇੱਕ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਫਗਵਾੜੇ ਦੇ ਵਿੱਚ ਤੁਸੀਂ ਪੈਰ ਪਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਇੰਟਰਸਟ ਦਿਖਾਓ ਤੇ ਅਸੀਂ ਵੀ ਤੁਹਾਨੂੰ ਫੁੱਲ ਇੰਟਰਸਟ ਦਿਖਾਵਾਂਗੇ। ਬਹੁਤ ਲੰਡੂ ਜਿਹੇ ਪੇਜ ਆ ਯੂਟਿਊਬ ਤੇ, ਇੱਕ ਕਿਹੜਾ ਆ ਫੁੱਦੂ ਜਿਹਾ ਪੇਜ, ਉਹ ਪਤਾ ਨਹੀਂ ਕੋਈ ਗੱਲ, ਵਿਊ ਦੇ ਵਿਊਆਂ ਦੇ ਚੱਕਰ 'ਚ, ਵਿਊਆਂ ਦੀ ਤੁਸੀਂ ਉਹ 'ਚ ਬੜੇ ਹੋਏ ਆ, ਬੜੇ ਰਹੋ, ਕੋਈ ਚੱਕਰ ਨਹੀਂ, ਸਾਨੂੰ ਇਦਾਂ ਦੀ ਕੋਈ ਪਰਵਾਹ ਨਹੀਂ। ਹੁਣ ਆਪਾਂ ਵਿਹਲੇ ਆ, ਜਿਹਨੇ ਸਾਨੂੰ ਭੈਣ ਦੇਣੀ ਆ ਸਿੱਧੀ ਹੋ ਕੇ ਦੇ ਲਓ, ਦੇਣੀ ਆ। ਆਹ ਭਾਜੀ ਇਸੇ ਗੱਲੋਂ ਤੁਹਾਡੇ ਨਾਲ ਰੋਸਟ ਬਣਦੇ ਪਏ ਆ ਤੇ ਖੁਦੂ ਗੱਲਾਂ ਆਪਣੀਆਂ ਕਰਦੇ ਜੇ। ਹਾਂ ਵੀ ਜਦੋਂ ਪਹਿਲਾਂ ਤੁਸੀਂ ਆਪਣੇ ਇੰਸਟਾਗ੍ਰਾਮ ਦੇ ਕਮੈਂਟ ਬੰਦ ਕਰ ਸਕਦੇ ਸੀ, ਹੁਣ ਕਿਉਂ ਨਹੀਂ ਕਰਦੇ ਤੁਸੀਂ? ਹੁਣ ਵੀ ਕੋਈ ਕਮੈਂਟ ਬੰਦ ਕਰ ਲਓ ਕਿ ਹਾਂ ਵੀ ਤੁਹਾਨੂੰ ਕੋਈ ਕਮੈਂਟ ਨਾ ਕਰੇ। ਪਹਿਲਾਂ ਤੁਸੀਂ ਲੋਕਾਂ ਨੂੰ ਕਹਿੰਦੇ ਸਾਨੂੰ ਫੋਲੋ ਕਰੋ, ਸਾਡੀ ਰੀਲਾਂ ਲਾਈਕ ਕਰੋ, ਪਹਿਲਾਂ ਤੁਸੀਂ ਆਪਣੀ ਲਾਈਫ ਖੁਦ ਦੱਸਦੇ ਹੋ ਲੋਕਾਂ ਨੂੰ ਕਿ ਹਾਂ ਵੀ ਅਸੀਂ ਆਹ ਕਰ ਰਹੇ, ਅਸੀਂ ਵਿਆਹ ਕਰ ਰਹੇ ਹਾਂ ਕੁੜੀ ਨਾਲ, ਇਹਦੇ ਨਾਲ ਮੇਰੀ ਇੰਗੇਜਮੈਂਟ ਹੋ ਰਹੀ ਹੈ, ਸਾਡੀ ਇੱਥੇ ਵੀਡੀਓ ਆ ਰਹੀ ਹੈ, ਇਹਨੂੰ ਲਾਈਕ ਕਰੋ। ਪਹਿਲਾਂ ਲੋਕਾਂ ਨੂੰ ਤੁਸੀਂ ਭੈਣ 'ਚੋਂ ਆਪਣੀ ਸਾਰੀ ਲਾਈਫ ਦੱਸ ਦਿਓ, ਫਿਰ ਜਦੋਂ ਲੋਕ ਭੈਣ 'ਚੋਂ ਮੈਸੇਜ ਕਰਦੇ ਨਾ ਥੱਲੇ ਭਾਈ ਬ੍ਰੇਕਅਪ ਹੋ ਗਿਆ ਕੀ ਗੱਲ ਹੋਈ, ਭੈਣ 'ਚੋਂ ਤੋਂ ਫਿਰ ਤੁਹਾਨੂੰ ਐਂ ਹੁੰਦਾ ਕਿ ਹਾਂ ਵੀ ਭੈਣ 'ਚੋਂ ਇਹਨੇ ਪੁੱਛ ਕਿੱਦਾਂ ਲਿਆ। ਬਾਈ ਕਰੀ ਸਿੱਧਾ ਹੋ ਕੇ ਮੈਸੇਜ ਕਰ ਲਈਓ, ਆ ਫਾਲਤੂ ਜੀਆਂ ਗੱਲਾਂ ਕਰਨ ਦੀ ਲੋੜ ਨਹੀਂ ਯੂਟਿਊਬ 'ਤੇ। ਅਤੇ ਜਿਹੜੀ ਸਾਡੀ ਜ਼ਿੰਦਗੀ ਹੈਗੀ ਆ, ਸਾਨੂੰ ਪਤਾ ਅਸੀਂ ਕਿੱਦਾਂ ਜੀਣੀ ਆ, ਜਿਹਨੂੰ ਅਸੀਂ ਫੋਲੋ ਕਰਨਾ ਆ, ਅਨਫੋਲੋ ਕਰਨਾ ਆ, ਸਾਡੀ ਮਰਜ਼ੀ ਆ, ਅਤੇ ਲਾਈਫ ਦੇ ਵਿੱਚ ਇੰਟਰਫੇਅਰ ਕਰਨ ਵਾਲਾ ਕੋਈ ਹੈ ਹੀ ਨਹੀਂ, ਠੀਕ ਹੈ ਨਾ? ਇੰਟਰਸਟ ਲੈ ਰਹੇ ਆ ਤਾਂ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਰੀ ਜੀ, ਸਾਡੇ ਜ਼ਿੰਦਗੀ 'ਚ ਪੈਰ ਪਾਓ ਫਗਵਾੜੇ ਵਿੱਚ, ਲਹਿਰ ਫਗਵਾੜਾ ਸ਼ਹਿਰ ਗੇਮ, ਓਕੇ ਓਕੇ। ਫਿਰ ਜਦੋਂ ਪੇਜਾਂ ਵਾਲੇ ਚੁੱਕ ਕੇ ਤੁਹਾਡੀ ਵੀਡੀਓ ਪਾਉਂਦੇ ਜੀ ਇਹਦਾ ਬ੍ਰੇਕਅਪ ਹੋ ਗਿਆ, ਇਹਦਾ ਐਂ ਹੋ ਗਿਆ, ਇਹਦਾ ਐਂ ਹੋ ਗਿਆ, ਫਿਰ ਤੁਹਾਨੂੰ ਗੁੱਸਾ ਚੜ੍ਹਦਾ, ਠੀਕ ਹੈ ਨਾ? ਪਹਿਲਾਂ ਉਹਨਾਂ ਕੁ ਰੱਖੋ ਕਿ ਹਾਂ ਵੀ ਜਿੰਨਾ ਕੁ ਅਸੀਂ ਜਰ ਸਕੀਏ ਕੱਲ੍ਹ ਨੂੰ। ਹੁਣ ਪਤਾ ਲੱਗ ਗਿਆ ਹੁਣ ਬ੍ਰੇਕਅਪ ਹੋ ਗਿਆ, ਲੋਕਾਂ ਨੇ ਮਾਂ ਭੈਣ ਇੱਕ ਕੀਤੀ ਹੋਈ ਕਮੈਂਟਾਂ ਵਿੱਚ, ਭਾਈ ਨੂੰ ਗੁੱਸਾ ਚੜ੍ਹ ਗਿਆ, ਫਿਰ ਕੀ ਕਰ ਸਕਦੇ ਆ? ਇੰਨੇ ਨਹੀਂ ਗੱਲਾਂ ਰਿਪਲਾਈ ਕੀਤਾ ਉਹਨੂੰ, ਸਿਮਰਨ ਜੀ ਵੀ ਰਿਪਲਾਈ ਕਰਦੇ ਪਏ ਨੇ ਇਹਨਾਂ ਨੂੰ। ਆ ਜਾਓ ਚੈੱਕ ਕਰੀਏ ਇਹਨਾਂ ਨੇ ਕਿਹਾ ਸੀ, ਕੀ ਕਿਹਾ ਸੀ ਭਾਈ ਨੇ? ਗੇਮ ਓਕੇ, ਆ ਜਾਓ ਫਿਰ ਸਿਮਰਨ ਨੂੰ ਲਾ ਜੀ, ਗੇਮ ਓਕੇ ਕਰਾਉਂਦੇ, ਆ ਜਾਓ ਵੇਖਦੇ ਕੀ ਕਹਿੰਦੀ। ਇਹ ਹੁੰਦੀ ਅਗਲੀ, ਫਿਰ ਅਗਲੀ ਨੇ ਫਿਰ ਰਿਪਲਾਈ ਕਰਨਾ ਸੀਗਾ, ਜਦੋਂ ਇਹ ਲਾ ਲਾ ਕੇ ਗੱਲਾਂ ਕਰ ਸਕਦਾ ਫਿਰ ਅਗਲੀ ਨੂੰ ਕੀ ਹੈ, ਅਗਲੀ ਨੇ ਰਿਪਲਾਈ ਕਰਤਾ ਫਿਰ ਚੱਕ ਕੇ। ਅਤੇ ਇਹ ਗੱਲਾਂ ਕਿੱਥੋਂ ਸਟਾਰਟ ਹੋਈਆਂ? ਇਹ ਵੀਰ ਜੀ ਦੀ ਇੱਕ ਬੱਗਾ ਭੱਜ ਦੀ ਇੱਕ ਰਿਕਾਰਡਿੰਗ ਵਾਇਰਲ ਹੋਈ ਸੀਗੀ, ਸਾਰਿਆਂ ਨੇ ਸੁਣੀ ਹੋਣੀ ਆ। ਚਲੋ ਵਿੱਚੋਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਪਾਠ ਸੁਣਾ ਦੇਣਾ, ਸੁਣੋ ਇੱਕ। ਕੈਸੇ ਬਤਾਓ ਨਹੀਂ, ਬਟ ਕਾਊਂਟ ਮੇਰਾ ਕੰਮ ਹੈ ਬੇਬੀ, ਸੀਰੀਅਸਲੀ ਮਾਈ ਕਾਊਂਟ ਇਜ਼ ਔਨ ਗਰਲਸ, ਲਾਈਕ ਗਰਲਸ ਵਾਲੀ ਬੋਲ ਰਹਾ ਹਾਂ, ਮਤਲਬ ਵੈਸੇ ਸੈਕਸ ਕਾਊਂਟ ਤੋਂ ਪਤਾ ਨਹੀਂ, ਗਰਲਸ ਕਾਊਂਟ ਹੈ ਮੇਰਾ ਮੇਬੀ, ਹਾਂਜੀ ਅਲੱਗ ਅਲੱਗ ਕਾਊਂਟਸ ਹੈ ਇਹ, ਗਰਲਸ ਕਾਊਂਟ, ਮੇਕਆਊਟਸ, ਮੇਕਆਊਟਸ ਮੇਕਆਊਟਸ ਇਜ਼ ਮੇਬੀ 5 ਟੂ 6 ਗਰਲਸ ਮੇਬੀ। ਹਾਂਜੀ ਇਹ ਕੁੜੀਆਂ ਦੇ ਸ਼ਕੀਲ ਹੈਗੇ ਨੇ ਭਾਜੀ, ਇਸ ਕਾਰਨ ਜਦੋਂ ਇਹਨਾਂ ਨੂੰ ਇਹ ਰਿਕਾਰਡਿੰਗ ਨਰੂਲਾ ਫੈਮਿਲੀ ਨੂੰ ਪਤਾ ਚੱਲੀ ਹੈ, ਉਦੋਂ ਤੋਂ ਹੀ ਇਹਨਾਂ ਨੇ ਉਹ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਇਹ ਭਾਜੀ ਏਅਰਪੋਰਟ 'ਤੇ ਵੀ ਛੱਡਣ ਗਏ ਨੇ ਉਹਨਾਂ ਨਾਲ, ਉਦੋਂ ਤੱਕ ਚਲੋ ਠੀਕ ਸੀਗਾ ਮਾਹੌਲ, ਪਰ ਫਿਰ ਪਤਾ ਭਾਈ ਦੀ ਫਿਰ ਕੋਈ ਗੱਲ ਫੜੀ ਗਈ ਹੋਏ ਜਿਹੜੀ ਲੋਕਾਂ ਸਾਹਮਣੇ ਚਲੋ ਨਹੀਂ ਆਈ, ਉੱਥੋਂ ਇਹਨਾਂ ਦਾ ਫਿਰ ਵਿਵਾਦ ਹੋ ਗਿਆ ਅਤੇ ਹੋ ਗਿਆ ਬ੍ਰੇਕਅਪ। ਅਤੇ ਹੁਣ
मेरा भरा प्लीज जज ना करया करो, कोई ना दसांगे थानू ए वी चीजा कि हां की होया का तो होया किदा होया सारा कुछ दसांगे। पर आ जेड़े भी आ रूमर फैलाउंदे पए कि हां जी जी आ करता जी सैम ने रिप्लाई देता जी सिमरन ने रिप्लाई देता जी, असी कोई रिप्लाई नहीं दिता ना ही आपां देना। जो भी सी किसे टाइम उन्हां दा वधिया सीगा और नहीं चलिया जिन्होंने प्लानिंग की थी, नहीं हुई उन्हां। सो प्लीज रिक्वेस्ट आ जज ना करो, आप दी लाइफ च भी ध्यान दो, इधरों थोड़ा जिहा हट जाओ, है ना। एक एंटरटेनमेंट सोर्स नूं एंटरटेनमेंट दे हिसाब नाल ही लिया करो। सैम भाजी कह रहे कोई गल नहीं, आपां किसे नूं रिप्लाई नहीं कीता ते कोई भी इदां उदां ना करो, एंटरटेनमेंट च लाओ इहनूं, मतलब कि जिहड़ी इहनां दी गल होई ना उहनूं एंटरटेनमेंट च लाओ, बहुत वधिया गल आ। भैं जो पहलां किसे नाल रिश्ता कर दो, रिंग सैरमनी सब कुछ कर दो ते बाद च उहनूं कहो इहनूं एंटरटेनमेंट च लाओ। ਵੇਖ ਲਓ ਇਹੋ ਜਿਹੇ ਹੋਣੇ ਚਾਹੀਦੇ ਭਰਾ, ਚਲੋ ਕਹਿਣਾ ਚਾਹੀਦਾ ਸੀਗਾ ਭੈਣ ਜੀ ਹਾਂ ਵੀ ਜੋ ਹੋ ਗਿਆ ਸੋ ਹੋ ਗਿਆ, ਬਈ ਬਹੁਤਾ ਨਾ ਚੱਕੋ ਇਸ ਗੱਲ ਨੂੰ, ਉਹਨਾਂ ਦੀ ਲਾਈਫ ਆ ਨਹੀਂ ਨਿੱਭੀ ਤਾਂ ਠੀਕ ਆ, ਨਹੀਂ ਜੀ ਆਪਾਂ ਦੱਸਾਂਗੇ ਤੁਹਾਨੂੰ ਲਾਈਵ ਹੋ ਕੇ ਕਿਸੇ ਦਿਨ। ਭੈਣ ਜੀ ਭਾਜੀ ਕਿਤੇ ਇੱਕ ਦਿਨ ਤੁਹਾਨੂੰ ਦੱਸਣਾ ਸਾਰਾ ਲਾਈਵ ਹੋ ਗਏ, ਉਹਦੇ ਤੋਂ ਵੀ ਯੂਟਿਊਬ ਤੋਂ ਪੈਸੇ ਕਮਾਉਣੇ ਨੇ ਸਾਲੇ, ਆਪਣੀ ਬੇਇੱਜ਼ਤੀ ਆਪ ਹੀ ਕਰਾਉਂਦੇ ਭੈਣ ਚੋ। ਸਿੱਖ ਲੈਂਗੀ ਕੱਤਣੇ ਚਰਖੇ, ਮੇਰਾ ਦਿਲ ਵੀ ਨੀ ਕਰਦਾ ਰਵਾਉਣ ਨੂੰ, ਤੈਨੂੰ ਟੈਟੂ ਕੀ ਲੈ ਗਿਆ ਸੀ ਬਣਾਉਣ ਨੂੰ। ਸ਼ਾਨ ਬੱਗਜ ਕਹਿ ਰਹੇ ਨੇ ਕਿ ਹਾਂ ਵੀ ਤੈਨੂੰ ਟੈਟੂ ਕਿਹਨੇ ਕਿਹਾ ਸੀ ਬਣਾਉਣ ਨੂੰ। ਭਾਜੀ ਤੁਸੀਂ ਪਹਿਲਾਂ ਆਪ ਹੀ ਜਾਣ ਜਾਣ ਕਹਿ ਕੇ ਉਹਨੂੰ ਇੱਕੋ ਜਾਣ ਕਢਾ ਲਈ, ਉਹਨੇ ਤੇ ਟੈਟੂ ਲਿਖਾ ਲਿਆ, ਫਿਰ ਤੁਸੀਂ ਕਹਿ ਟੈਟੂ ਕਿਹਨੇ ਕਿਹਾ ਸੀ। ਇਹ ਆਪ ਹੀ ਸਾਲੇ ਇੱਕ ਦੂਜੇ ਨਾਲ ਗੱਲਾਂ ਪਤਾ ਕਰ ਲੈਂਦੇ, ਟੈਟੂ ਬਣਾ ਲੈਂਦੇ ਇੱਕ ਦੂਜੇ ਦਾ, ਫਿਰ ਭੈਣ ਚੋਖੇ ਹੁੰਦੇ ਆ ਰਿਮੂਵ ਕਰਾਉਂਦੇ ਆ। ਉਹ ਸ਼ੁਕਰ ਕਰੋ ਉਹ ਬਿੰਦੂ ਨਰੂਲਾ ਜੀ ਨੇ ਇੱਕ ਟੈਟੂ ਬਣਾਇਆ, ਮੈਂ ਵੀਡੀਓ ਵੇਖੀ ਆ, ਉਹਦੇ ਵਿੱਚ ਇੱਕ ਪਾਸੇ ਰੀਤ ਅਤੇ ਇੱਕ ਪਾਸੇ ਸੈਮ ਦੇ ਉੱਤੇ ਸਿਮਰਨ ਲਿਖਿਆ। ਸ਼ੁਕਰ ਕਰੋ ਉਹਨੇ ਕਦੇ ਇਸ਼ਾਨ ਬੱਗਾਂ ਨਹੀਂ ਲਿਖਾ ਲਿਆ, ਫਿਰ ਉਹਨੇ ਵੀ ਰਿਮੂਵ ਕਰਾ ਲੈਣਾ ਸੀ। ਬਸ ਸਹੀ ਆ, ਆਪਾਂ ਇੰਗੇਜਮੈਂਟ ਕਰਾਈ ਹੋਈ ਆ, ਸਾਨੂੰ ਪਤਾ ਮੇਰਾ ਵਿਆਹ ਉੱਥੇ ਹੀ ਹੋਣਾ, ਠੀਕ ਹੈ ਨਾ, ਵਿਆਹ ਤਾਂ ਉੱਥੇ ਹੀ ਹੋਣਾ ਪਤਾ। ਹਾਂ ਮੇਰਾ ਵਿਆਹ ਉੱਥੇ ਹੋਣਾ। ਉਹ ਭਾਅ ਜੀ ਨਹੀਂ ਹੋਣਾ, ਹੁਣ ਬ੍ਰੇਕਅਪ ਹੋ ਚੁੱਕਿਆ, ਕੁੜੀ ਆਪਣਾ ਮਾਈਂਡਸੈਟ ਬਦਲ ਚੁੱਕੀ ਆ, ਤੇਰੇ ਵਰਗੇ ਫੁੱਦੂ ਦਾ ਉਹਨੂੰ ਪਤਾ ਚੱਲ ਚੁੱਕਾ ਕੀ ਹੈ, ਠੀਕ ਹੈ, ਅਤੇ ਰਿਕਾਰਡਿੰਗਾਂ ਵੀ ਵਾਇਰਲ ਹੋ ਗਈਆਂ, ਸਭ ਕੁਝ ਹੋ ਗਿਆ, ਹੁਣ ਸਾਰਾ ਛਿੱਕੂ ਜਿਹਾ ਫਿਰ ਕਹਿੰਦਾ ਮੇਰਾ ਵਿਆਹ ਉੱਥੇ ਹੀ ਹੋਣਾ, ਹੁਣ ਨਹੀਂ ਹੋਣਾ, ਹੁਣ ਤੁਸੀਂ ਬਸ ਸਟੇਟਸ ਪਾਉਣੇ ਨੇ ਕਿੱਦਾਂ ਦੇ ਇੱਦਾਂ ਦੇ। ਸੱਜਣਾ ਸਾਡੇ ਬਾਰੇ ਬੁਰਾਈ ਨਾ ਕਰੀ ਜੇ ਸਾਡੇ। ਨਹੀਂ 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 ਭਾਜੀ ਮੈਂ ਬੁਰਾਈ ਨਹੀਂ ਕਰਦਾ ਤੁਹਾਡੀ, ਬਸ ਜਿਹੜੀਆਂ ਗੱਲਾਂ ਮੈਨੂੰ ਪਤਾ ਲੱਗੀਆਂ ਨਾ ਮੈਂ ਉਹੀ ਦੱਸਣੀਆਂ ਲੋਕਾਂ ਨੂੰ, ਮੈਂ ਬੁਰਾਈ ਨਹੀਂ ਕਰਦਾ ਤੁਹਾਡੀ। ਸੋ ਇਹਦੇ ਤੋਂ ਇਹ ਪਤਾ ਚੱਲਦਾ ਕਿ ਜਿਹੜੀ ਇਹਨਾਂ ਨੂੰ ਬੜਾ ਲਾਈਕ ਕਰਦੇ ਨਾ ਮਹਾਂ ਫੁੱਦੂ ਲੋਕ ਹੋਣੇ, ਕਿ ਹਾਂ ਵੀ ਬੜਾ ਤੁਸੀਂ ਇਹਨਾਂ ਲਾਈਕ ਕਰਦੇ ਹੋ ਇੱਦਾਂ ਨੇ ਉੱਦਾਂ ਨੇ। ਅਸਲ ਜ਼ਿੰਦਗੀ ਬਹੁਤ ਅਲੱਗ ਆ, ਸੋਸ਼ਲ ਮੀਡੀਆ ਅਲੱਗ ਆ, ਅਸਲ ਜ਼ਿੰਦਗੀ ਬਹੁਤ ਅਲੱਗ ਆ, ਠੀਕ ਆ। ਇਹਦੇ ਤੋਂ ਸੋਸ਼ਲ ਮੀਡੀਆ 'ਤੇ ਇਹ ਨਾ ਵੇਖਿਆ ਕਰੋ ਕਿ ਇਹਨਾਂ 'ਚ ਪਤਾ ਨਹੀਂ ਕਿੰਨਾ ਪਿਆਰ ਆ, ਕਿੰਨੀਆਂ ਇਹ ਰੀਲਾਂ ਬਣਾਉਂਦੇ ਆ, ਕਿੰਨਾ ਉਹ ਇਹਦੇ ਵਾਸਤੇ ਕਰਦਾ, ਇਹ ਬਸ ਦਿਖਾਵਾ ਆ, ਠੀਕ ਆ। ਸੋ ਉਹਦੀ ਗੱਲ ਸਹੀ ਹੈ ਕਿ ਆਪਣੀ ਲਾਈਫ 'ਚ ਝਾਕੋ, ਸਾਰੇ ਆਪਣੀ ਲਾਈਫ ਦੇਖੋ ਪਹਿਲਾਂ, ਫਿਰ ਇਹਨਾਂ ਛਿੱਕੂਆਂ ਜਿਹਨੂੰ ਦੇਖੋ। ਛਿੱਕੂ ਜਿਹੇ ਤੋਂ ਕੀ ਲੈਣਾ ਯਾਰ ਲੋਕ, ਐਵੇਂ ਉਹਦੀ ਸ਼ਕਲ ਵੇਖਣ ਵਾਲੀ ਨਹੀਂ, ਐਡਾ ਕੁ ਮੂੰਹ ਆ ਸਾਡੇ ਦਾ, ਅਤੇ ਨਾਲੇ ਦੁਨੀਆ ਕੀ ਲੱਭਦੀ ਯਾਰ ਇਹਨਾਂ। ਤੁਸੀਂ ਆਪਣਾ ਆਪ ਵੇਖੋ, ਇਹਨਾਂ ਦੇ ਉੱਤੇ ਨਾ ਜਾਓ, ਇਹਨਾਂ ਦੇ ਫੈਨ ਫੂਨ ਨਾ ਪੜੋ, ਨਾ ਥੱਲੇ ਕਿਹਾ ਕਰੋ ਹਾਂ ਵੀ ਕਦੋਂ ਇੰਗੇਜਮੈਂਟ ਹੋ ਰਹੀ ਹੈ, ਕਦੋਂ ਤੁਹਾਡਾ ਵਿਆਹ ਹੋ ਰਿਹਾ। ਬੜੇ ਮਜ਼ੇ ਲੈਂਦੇ ਲੋਕ, ਖਾਸ ਕਰਕੇ ਕੁੜੀਆਂ, ਅਤੇ ਯਾਰ ਵਿਆਹ ਉਹਨਾਂ ਦਾ ਹੋਣਾ, ਇੰਗੇਜਮੈਂਟ ਉਹਨਾਂ ਦੀ ਹੋਣੀ, ਪਤਾ ਨਹੀਂ ਲੋਕਾਂ ਨੂੰ ਕੀ ਮਜ਼ਾ ਮਿਲਣਾ ਵਿੱਚੋਂ, ਹਾਲੇ ਪਤਾ ਨਹੀਂ ਠਰਕੀਆਂ ਨੇ ਕੀ ਲੈਣਾ ਵਿੱਚੋਂ। ਹੁਣ ਬ੍ਰੇਕਅਪ ਹੋਇਆ, ਫਿਰ ਮਜ਼ੇ ਲੈ ਰਹੇ ਲੋਕ, ਕਸਾਲੇ ਕੁੱਤੇ ਦੇ ਟਾਲ ਜੋ, ਨਹੀਂ ਆਪਾਂ ਮਜ਼ੇ ਲੈਣੇ, ਆਪਾਂ ਵੀ ਲੈਣੇ। ਸੋ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਬਾਏ, ਮਿਲਦੇ ਇੱਕ ਹੋਰ ਵੀਡੀਓ ਦੇ ਨਾਲ, ਬਾਏ।